सब तो पहला फतेह दी सांझ पाइए। वाहेगुरु जी का खालसा वाहेगुरु जी की फतेह। इस कतल दी जिम्मेवार सीधे रूप दे विच सरकार है। सरकार किवें आ जेडे नौजवान ने इस मुंडे दे गोली मारी आ, उस मुंडे दी माता उस पिंड दी आम आदमी पार्टी दी प्रधान है। सही है जी गल है कि इन्हां नूं अखौती इनकलाबियां नूं जेडे ए लगातार रौला पाउंदे रहे भी तिन्ना महीनिया दे विच नशा खत्म कर देंगे। अखौती इनकलाबी मुख्यमंत्री जिहड़ा बनिया होया जिहड़ा कहिंदा सीगा कि मैं सिवियां दीआं लाटां बुझा दूंगा, मैं नशा खत्म कर दूंगा, जिहदा पूरा परिवार चिट्टा वेचदा, पूरा परिवार बदनाम है, सारे पिंड दे विचों आम आदमी पार्टी दी प्रधान बनाउण दी खातर ओही बीबी लभी सी बई। जदों इक परिवार नूं पता है भी मेरे सिर दे उत्ते मेरी पिठ पिछे सरकार खड़ी है, एमएलए खड़ा, मंत्री खड़ा है, ते फिर उहनां दे हौसले बई मार तक जाणगे जाणगे। ये आम नहीं कतल होया, हल्ला शेरियां सीगियां। तुहानूं भी पता इस गल दा, जिहड़ी कमेटी बनी आ तुसीं सारे कमेटी वाले दे घरे गए, रोकण गए उहनां नूं, उल्टे उहनां ने की कहा तुहानूं, ओही मुंडा इन्हां नूं फोन करके कमेटी नूं कहिंदा वी तुहाडे नाल दो दो हाथ देखांगे। होर सुन लो, आ लालजीत भुल्लर जिहड़ा मंत्री आ इहनां दा, लालजीत भुल्लर नूं किसी नौजवान मुंडे ने एक वीडियो दे उत्ते टिप्पणी करती। टिप्पणी की सी ओह बेचारियां मावां जदों बिलकदियां वीडियो बनदियां ने पुत्तां दीआं लाशां दे उत्ते, ਉਹ ਵੀਡੀਓ ਦੇ ਥੱਲੇ ਮੁੰਡੇ ਨੇ ਟਿੱਪਣੀ ਕੀਤੀ ਲਾਲਜੀਤ ਭੁੱਲਰ ਮੰਤਰੀ ਨੂੰ ਕਿ ਭੁੱਲਰ ਸਾਹਿਬ ਤੁਸੀਂ ਪਿੰਡਾਂ 'ਚ ਆਉਂਦੇ ਹੁੰਦੇ ਸੀ ਵੀ ਸਾਨੂੰ ਚਿੱਟਾ ਵੇਚਣ ਵਾਲਾ ਨਸ਼ਾ ਵੇਚਣ ਵਾਲਾ ਵੋਟ ਨਾ ਪਾਇਓ, ਤੁਸੀਂ ਪਿੰਡਾਂ 'ਚ ਪ੍ਰਚਾਰ ਕਰਦੇ ਸੀ ਵੀ ਸਾਡੀ ਸਰਕਾਰ ਬਣਾ ਲਓ ਨਸ਼ਾ ਖਤਮ ਕਰ ਦਿਆਂਗੇ। ਹਾਂਜੀ ਹਾਂ ਹਾਂ ओके हां ठीक है। टिप्पणी ए कीती के भुल्लर साहब जे ए पुत मरन लग गए, ए जवानी मरन लग गई, तुसीं नशे नूं खत्म करन दा वादा करके सरकार बनाई आ, तुहानूं वोट किने पाउणी है। इन्नी गल दे उत्ते ए लालजीत भुल्लर ने एसएचओ नूं उहदे घरे भेजता वी चाके लियाओ, तुसीं बाकी उहदी वीडियो आडियो किसान यूनियन का आगू आ सभरा तो ओही सुनी होनी है सच नाल जिहड़ी गलबात होई है। ਭੁੱਚੋ ਪਿੰਡ ਦਾ ਮੁੰਡਾ ਬਬਲਾ ਬਬਲਾ ਉਹਨੇ ਕੱਲ ਪੋਸਟ ਪਾਤੀ ਨਸ਼ੇ ਵਾਲਿਆਂ ਦੇ ਖਿਲਾਫ, 20 ਫੋਨ ਕੀਤੇ ਉਹਨੂੰ, 20 ਫੋਨ ਸੀਏਡੀ ਵਾਲਿਆਂ ਦੇ, ਇੰਟੈਲੀਜੈਂਸੀ ਵਾਲਿਆਂ ਦੇ, ਸੀਆਈ ਵਾਲਿਆਂ ਦੇ, ਇਹ ਡਿਲੀਟ ਕਰ, ਇਹ ਡਿਲੀਟ ਕਰ, ਜਾਣੇ ਹਰ ਗੱਲ ਨੂੰ ਇਹ ਦੱਬਣਾ ਚਾਹੁੰਦੇ ਆ। ਆਹ ਖੜਾ ਮੁੰਡਾ ਇੱਥੇ ਕਿੱਧਰ ਗਿਆ, ਆ ਜਾਂਦੇ ਆ, ਆਹ ਖੜਾ ਇਹ ਮੁੰਡੇ ਨੇ ਵੀਡੀਓ ਪਾਈ ਨਸ਼ੇ ਦੇ ਖਿਲਾਫ, ਆ ਹੁਣ ਫੜ ਕੇ ਲਿਆਇਆ ਥਾਣੇ ਚ ਬੈਠਾ ਹੋਇਆ ਇੱਥੇ ਅੰਦਰ, ਚੰਦਨ ਚੰਦਨਾ ਕੋਈ ਸਾਧਕ ਦਾ ਇੱਥੋਂ ਦੀ ਨਸ਼ਾ ਵੇਚਦਾ, ਇਹਨੂੰ ਪਤਾ ਕੀ ਬੋਲਦਾ, ਕਹਿੰਦਾ ਦੇਖ ਲੈ ਫਿਰ ਢਿੱਲ ਮਾਲੀ ਹੋਊ। ਜਾਣੇ ਇਹਨਾਂ ਦੇ ਹੌਸਲੇ ਕਿੱਥੋਂ ਵੱਧ ਰਹੇ ਨੇ। ਤੇ ਮੈਂ ਪੁੱਛਣਾ ਚਾਹੁੰਦਾ ਥਾਣੇ ਵਾਲਿਆਂ ਨੂੰ, ਪੁਲਿਸ ਪ੍ਰਸ਼ਾਸਨ ਨੂੰ, ਵੀ ਤੁਹਾਨੂੰ ਚੰਦਨਾ ਚ ਕਿਵੇਂ ਦੇਖ ਗਿਆ ਬਈ? ਜਦੋਂ ਪਤਾ ਲੱਗਦਾ ਵੀ ਰੌਲਾ ਵਧੂਗਾ, ਲੋਕ ਇਕੱਠੇ ਹੋ ਗਏ, ਜਾਂ ਕੋਈ ਘਟਨਾ ਵਾਪਰ ਜਾਂਦੀ ਆ, ਕੋਈ ਮੌਤ ਹੋ ਜਾਂਦੀ ਆ, ਨਾਲ ਦੀ ਨਾਲ ਛਾਪੇ ਰੇਡਾਂ ਬੰਦੇ ਵੀ ਫੜੇ ਜਾਂਦੇ ਆ। ਪਹਿਲਾਂ ਉਹੀ ਬੰਦੇ ਇੱਥੇ ਫਿਰਦੇ ਹੁੰਦੇ ਆ, ਉਦੋਂ ਕਿਉਂ ਨਹੀਂ ਫੜੇ ਜਾਂਦੇ? ਜਦੋਂ ਸਾਡੇ ਮੁੰਡਿਆਂ ਨੂੰ ਫੜਨਾ, ਐਨਐਸਏ ਲਾਉਣੀ ਆ, ਯੂਏਪੀ ਲਾਉਣੀ ਆ, 80-80, 90-90 ਹਜ਼ਾਰ ਪੁਲਿਸ ਮਗਰ ਲਾ ਆਉਂਦੇ ਆ, 25-25 ਕੰਪਨੀਆਂ ਬਾਹਰੋਂ ਮੰਗਾ ਕੇ ਮਗਰ ਲਾ ਦਿੰਦੇ ਆ। ਜਦੋਂ ਕੋਈ ਜੈਪਾਲ ਭੁੱਲਰ ਵਰਗੇ ਦਾ ਐਨਕਾਊਂਟਰ ਕਰਨਾ, ਮੁਕਾਬਲੇ ਚ ਮਾਰਨਾ, ਉਹ ਤੀਜੇ ਸੂਬੇ ਚ ਲੱਭ ਕੇ ਮਾਰਤਾ ਬਿਹਾਰ ਚ ਜਾ ਕੇ, ਇੱਥੇ ਚਿੱਟੇ ਦਿਖਦੇ ਨਹੀਂ।
जेड़े पिंड पिंड बेची जाते हैं, शरेआम बिकदा सत्था च बह के घर च बह के बेची जाते हैं। सो भरावो ये नौजवान अपना खून डोल के गया पंजाब दे हजारां लखां नौजवानां नूं बचाउण लई, उहनां मावां उहनां भैणां दे भरावां दे पुत्तां नूं बचाउण लई। ਇਹ ਇਸ ਜਿਹੜੀ ਲਹਿਰ ਚੱਲੀ ਹੈ ਜੋ ਪਰਮਿੰਦਰ ਝੋਟੇ ਨੇ ਸ਼ੁਰੂਆਤ ਕੀਤੀ, ਲਹਿਰ ਬਣੀ ਪੂਰੇ ਪੰਜਾਬ ਦੇ ਵਿੱਚ, ਉਸ ਲਹਿਰ ਦਾ ਮੈਂ ਸਮਝਦਾ ਹਾਂ ਪਹਿਲਾ ਸ਼ਹੀਦ ਆ ਨੌਜਵਾਨ। ਇਹਦਾ ਖੂਨ ਅਜਾਈ ਨਹੀਂ ਜਾਊਗਾ। ਹੁਣ ਸਾਰੇ ਮਿੱਟੀ ਪਾਉਣ ਨੂੰ ਫਿਰਦੇ ਆ ਵਿੱਚ, ਤੁਹਾਡਾ ਜਿਹੜਾ ਇੱਥੋਂ ਵਾਲਾ MLA ਆ ਆ ਗੁਰਦਤ ਸਿੱਖੋਂ, ਇਹ ਵੀ ਸੁਨੇਹੇ ਲਾਉਂਦਾ ਵੀ ਯਾਰ ਪਰਚਾ ਤਾਂ ਹੋ ਗਿਆ, ਹੁਣ ਕੀ ਰਹਿ ਗਿਆ, ਪਿੱਛੇ ਬੰਦੇ ਵੀ ਫੜ ਲਏ, ਹੁਣ ਸੰਸਕਾਰ ਕਰ ਦਿਓ। ਨਹੀਂ ਕਰਨਾ, ਆਹੀ ਜੋਰ ਪੁਲਿਸ ਦਾ ਲੱਗਿਆ ਕਿ ਯਾਰ ਨਿਬੜਦਾ ਗਿਆ, ਪਰਚਾ ਤਾਂ ਹੋ ਗਿਆ, ਨਿਬੜਿਆ ਨਹੀਂ, ਨਿਬੜ ਕਿੱਥੇ ਗਿਆ, ਇਹਦੇ ਮਗਰ ਕੌਣ ਆ? ਇਸ ਜਿਹੜੇ ਨੇ ਗੋਲੀ ਮਾਰੀ ਹੈ ਇਹਦੇ ਉੱਤੇ ਪਹਿਲਾਂ ਵੀ ਪਰਚਾ ਦਰਜ ਸੀਗਾ ਨਜਾਇਜ਼ ਅਸਲੇ ਦਾ, ਇਹ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ, ਇਹ ਪਹਿਲਾਂ ਵੀ ਪੁਲਿਸ ਨੂੰ ਪਤਾ ਸੀ ਕਿ ਇੱਥੋਂ ਸਾਦਕ ਥਾਣੇ ਦੀ ਪੁਲਿਸ ਨੂੰ ਕੀ, ਫਰੀਦਕੋਟ ਦੀ ਪੁਲਿਸ ਨੂੰ ਕੀ, ਪੂਰੇ ਪੰਜਾਬ ਦੀ ਪੁਲਿਸ ਨੂੰ ਨਹੀਂ ਪਤਾ ਵੀ ਚਿੱਟਾ ਕਿੱਥੇ ਕਿੱਥੇ ਵਿਕਦਾ, ਕੌਣ ਕੌਣ ਵੇਚਦਾ, ਦੱਸੋ ਬਾਈ, ਸਭ ਪਤਾ ਇਹਨਾਂ ਨੂੰ, ਕੱਲੇ ਕੱਲੇ ਬੰਦੇ ਦਾ ਪਤਾ, ਪਰ ਫੜਨੇ ਨਹੀਂ ਹੈਗੇ। ਸੋ ਭਰਾਵੋ ਇਹ ਲੜਾਈ ਆਪਾਂ ਇੱਥੇ ਨਹੀਂ ਰੁਕਣ ਦੇਣੀ, ਬਥੇਰੇ ਇਹ ਤਰ੍ਹਾਂ ਤਰ੍ਹਾਂ ਦੀਆਂ ਧਾਰਨਾ ਗੱਲਾਂ ਕਰਨਗੇ ਕਮੇਟੀ ਵੱਲੋਂ, ਤੁਸੀਂ ਵੀ ਸੁਣ ਲਿਓ ਧਿਆਨ ਦੇ ਨਾਲ, ਜਿੰਨੀਆਂ ਕਮੇਟੀਆਂ ਬਣੀਆਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੀ ਧਮਕੀਆਂ ਆਉਣਗੀਆਂ। ਇੱਥੇ ਅੱਜ ਗੱਲਾਂ ਚੱਲ ਨਹੀਂ ਪਈਆਂ, ਜਿਹੜੇ ਕਮੇਟੀਆਂ ਦੇ ਤੁਰੇ ਹੋਏ ਲੋਕ ਨੇ ਜਾਂ ਨੌਜਵਾਨ ਨੇ, ਉਹਨਾਂ ਦੇ ਘਰਦਿਆਂ ਨੇ, ਉਹਨਾਂ ਦੀਆਂ ਮਾਵਾਂ ਨੇ, ਉਹਨਾਂ ਦੇ ਭਰਾਵਾਂ ਨੇ, ਕਿਸੇ ਪਿਓ ਨੇ, ਕਹਿਣਾ ਸ਼ੁਰੂ ਕਰਤਾ ਉਹ ਛੱਡ ਯਾਰ ਆਪਾਂ ਕਮੇਟੀ ਜਾ ਕੇ ਕੀ ਲੈਣਾ, ਉਹ ਢਿੱਲਮਾਲੀ ਨਾ ਹੋ ਜੇ, ਕੋਈ ਮਾਰ ਨਾ ਜਾਵੇ, ਪਰ ਇਹ ਐ ਦਵਾਇਆ ਗੱਲ ਦਵਿਆ ਬਣਨੀ ਨੀ। ਜੇ ਸੋਚਾਂਗੇ ਵੀ ਡਰ ਕੇ ਘਰੇ ਬਹਿ ਜਾਂਗੇ ਯਾਰ ਵੀ ਕੋਈ ਮਾਰ ਨਾ ਦੇਵੇ, ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਆ, ਜਿੰਨੀ ਲਿਖੀ ਆ ਭੋਗ ਕੇ ਜਾਊਂਗੇ, ਪਰ ਇਹ ਗੱਲੋਂ ਡਰ ਕੇ ਅੱਜ ਆਪਾਂ ਐ ਬਹਿ ਗਏ ਵੀ ਯਾਰ ਉੱਥੇ ਐ ਹੋ ਗਿਆ, ਘਿਆਣੇ ਐ ਹੋ ਗਿਆ, ਢਿੱਲਮੀ ਐ ਹੋ ਗਿਆ, ਆਪਾਂ ਉਹਨਾਂ ਕੋਈ ਮਾਰ ਜੇ, ਫਿਰ ਇਹ ਲਹਿਰ ਖਤਮ ਹੈ, ਫਿਰ ਚਿੱਟੇ ਨਾਲ ਆਈ ਮਰਾਂਗੇ। ਮਰਤਾ ਵੀ ਵੈਸੇ ਵੀ ਰਹੇ ਆ, ਰੋਜ਼ 10 ਤੋਂ 15 ਨੌਜਵਾਨ ਚਿੱਟੇ ਨਾਲ ਮਰਦੇ ਆ, ਮਰਤਾ ਅਸੀਂ ਰੋਜ਼ ਹੀ ਰਹੇ ਆ, ਜੇ ਲੜ ਕੇ ਮਰ ਜਾਂਗੇ ਜਾਂ ਸਾਡੇ ਲੜਨ ਦੇ ਨਾਲ ਇਹ ਸਾਡੀ ਆਉਣ ਵਾਲੀਆਂ ਨਸਲਾਂ, ਸਾਡੀ ਜਵਾਨੀ ਬਚ ਜੂਗੀ ਤਾਂ ਉਹ ਲੜਾਈ ਬਿਹਤਰ ਹੋਊਗੀ। ਇਸ ਕਰਕੇ ਇੱਕ ਤਾਂ ਡਰੇ ਵਹਿਮ ਦਿਮਾਗ ਚੋਂ ਕੱਢ ਦਿਓ ਕਿ ਅਸੀਂ ਇਹਨਾਂ ਗੱਲਾਂ ਨਾਲ ਕਰਕੇ ਚੁੱਪ ਕਰਕੇ ਬਹਿ ਜਾਂਗੇ ਵੀ ਐ ਨਾ ਹੋ ਜੇ, ਐ ਨਾ ਹੋ ਜੇ, ਇਹ ਦਹਿਸ਼ਤ ਪਾਉਣਗੇ। ਇਹ ਪੁਲਿਸ ਵਾਲੇ ਵੀ ਡਰਾਉਂਦੇ ਹੁੰਦੇ ਆ, ਜਿਹੜੀਆਂ ਕਮੇਟੀਆਂ ਬਣੀਆਂ ਹੁੰਦੀਆਂ ਵੀ ਯਾਰ ਤੁਸੀਂ ਪੰਗੇ ਚ ਕਿਉਂ ਪੈਨੇ ਆ, ਉਹ ਦੇ ਲੋ ਉੱਥੇ ਮੁੰਡਾ ਮਾਰਤਾ, ਤੁਸੀਂ ਪਿੱਛੇ ਹਟ ਜਾਓ ਯਾਰ, ਕੋਈ ਗੱਲ ਨੀ, ਪ੍ਰਸ਼ਾਸਨ ਬੈਠਾ, ਕਿੱਥੇ ਬੈਠਾ ਪ੍ਰਸ਼ਾਸਨ ਬਈ, ਦੇਖਦਾ ਕਿਤੇ ਲੱਗਦਾ ਆਉਂਦਾ ਨਾ ਜਿਹੜਾ ਵੀ ਕੋਈ ਸਰਕਾਰ ਹੈਗੀ ਆ ਪੰਜਾਬ ਦੇ ਵਿੱਚ ਜਾਂ ਕੋਈ ਪ੍ਰਸ਼ਾਸਨ ਹੈਗਾ। ਇੱਥੋਂ ਤੱਕ ਹੌਸਲੇ ਵੱਧ ਗਏ ਯਾਰ ਬੰਦਿਆਂ ਦੇ, ਸ਼ਰੇਆਮ ਕੱਟ ਜਾ ਕੇ ਬੰਦੇ ਨੇ ਗੋਲੀਆਂ ਮਾਰਤੀਆਂ ਯਾਰ, ਬਿਲਕੁਲ ਗੋਲੀ ਫਸ ਗਈ ਕਹਿੰਦੇ, ਨਹੀਂ ਹੋਰ ਪਤਾ ਨੀ ਕਿੰਨਾ ਕੁ ਨੂੰ ਮਾਰ ਜਾਂਦਾ। ਤੇ ਬੌਕਲ ਵਾਲਿਆਂ ਨੂੰ ਪੁੱਛ ਲਓ ਵੀ ਇਹੀ ਬੀਬੀ ਪ੍ਰਧਾਨ ਬਣਾਈ ਹੋਈ ਆ ਤੁਹਾਡੀ ਪਿੰਡ ਦੀ, ਤੇ ਫਿਰ ਕਿਉਂ ਨਾ ਕੱਗੇ ਵੀ ਜ਼ਿੰਮੇਵਾਰ ਨੀ, ਪੁੱਛੋ ਇਹਨਾਂ ਦੇ ਭਗਤਾਂ ਨੂੰ, ਬੌਕਲ ਦੇ ਤੁਹਾਡੇ ਪਿੰਡ ਚ ਵੀ ਹੋਣ ਗਏ ਦਿਨਾਂ ਚ, ਆਪਾਂ ਵੋਟਾਂ ਕਿਉਂ ਪਾਈਆਂ ਸੀ ਇਹਨਾਂ ਨੂੰ, ਨਸ਼ਾ ਛੱਡੋ, ਜਿਹੜਾ ਪਰਿਵਾਰ ਵੇਚਦਾ ਜਿਹਦੇ ਮੁੰਡੇ ਦੇ ਉੱਤੇ ਨਜਾਇਜ਼ ਅਸਲੇ ਦਾ ਪਰਚਾ ਦਰਜ ਆ, ਬਦਨਾਮ ਬੰਦੇ ਆ ਉਹ ਬੀਬੀ ਪ੍ਰਧਾਨ ਆ ਬੌਕਲ ਵਾਲਿਆਂ ਦੀ ਪਿੰਡ ਦੀ, ਚਿੱਟੇ ਦੇ ਨਾਂ ਤੇ ਵੋਟਾਂ ਲਈਆਂ ਇਹਨਾਂ ਨੇ, ਚਿੱਟੇ ਦਾ ਵੇਖ ਲੋ ਵੀ ਕੀ ਹਾਲ ਹੋਇਆ ਹੁਣ ਪਿੰਡਾਂ ਦੇ ਵਿੱਚ, ਕਿਸੇ ਬੰਦੇ ਦਾ ਮੂੰਹ ਟੁੱਟ ਜੇ, ਕਿਸੇ ਮੰਤਰੀ ਦਾ, ਕਿਸੇ ਮੁੱਖ ਮੰਤਰੀ ਦਾ, ਕਿਸੇ MLA ਦਾ, ਕਿਸੇ ਹੋਰ ਲੀਡਰ ਦਾ ਕੋਈ ਬਿਆਨ ਆਇਆ, ਇੱਕ ਮਹੀਨੇ ਡੇਢ ਮਹੀਨੇ ਝੋਟਾ ਬੰਦ ਆ, ਮਾਨਸਾ ਮੋਰਚਾ ਲੱਗਿਆ ਹੋਇਆ, ਲਹਿਰ ਪੂਰੀ ਪੱਕੀ ਹੋਈ ਆ ਪੰਜਾਬ ਚ, ਰੋਜ਼ ਮੁੰਡੇ ਮਰਦੇ ਆ, ਮਾੜੀ ਮਾੜੀ ਗੱਲ ਦੇ ਉੱਤੇ ਟਵੀਟ ਕਰਨ ਵਾਲਾ ਮੁੱਖ ਮੰਤਰੀ, ਲੋਕਾਂ ਨੂੰ ਚੁਟਕਲੇ ਕਹਾਣੀਆਂ ਸੁਣਾ ਕੇ ਵਰਾਉਣ ਵਾਲਾ ਮੁੱਖ ਮੰਤਰੀ, ਰਲਿਆਉਣ ਵਾਲਾ, ਕਦੇ ਬੋਲਿਆ ਬਈ, ਸੁਣਿਆ ਕਦੇ ਵੀ ਚਿੱਟਾ ਖਤਮ ਕਰ ਦਿਆਂਗੇ, ਨਸ਼ਾ ਖਤਮ ਕਰ ਦਿਆਂਗੇ, ਇਹਦੀ ਜ਼ਿੰਮੇਵਾਰ ਆ ਕਤਲ ਦੀ ਕੌਣ ਆ ਦੱਸੋ? ਸੋ ਇਸ ਕਰਕੇ ਇੱਕ ਤਾਂ ਆਪਾਂ ਸੰਸਕਾਰ ਨਹੀਂ ਕਰਨਾ, ਇਹ ਸਾਫ਼ ਆ ਗੱਲ, ਜਿੰਨਾ ਚਿਰ ਕੋਈ ਗੱਲ ਆਪਣੀ ਲੜਾਈ ਕਿਸੇ ਹੱਲ ਤੱਕ ਨਹੀਂ ਪਹੁੰਚ ਜਾਂਦੀ, ਮਸਲੇ ਦਾ ਹੱਲ ਨਹੀਂ ਹੋ ਜਾਂਦਾ, ਸੰਸਕਾਰ ਨਹੀਂ ਕਰਨਾ। ਤੇ ਇੱਥੋਂ ਸਰਕਾਰ ਨੂੰ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਹੈ
ਵੀ ਸੋਮਵਾਰ ਤੱਕ ਆਪਾਂ ਕਮੇਟੀ ਜਿਹੜੀ ਬਣੀ ਹੋਈ ਆ ਪਿੰਡ ਦੀ ਮੈਂ ਇਹਨਾਂ ਨੂੰ ਵੀ ਕਹੂੰਗਾ ਵੀ ਹੋਰ ਜਿਹੜੇ ਇੱਥੇ ਤੁਹਾਡੇ ਇਲਾਕੇ ਦੇ ਕਿਸਾਨ ਆਗੂ ਆ ਜਾਂ ਹੋਰ ਆਗੂ ਨੇ ਇਹਨਾਂ ਨੂੰ ਨਾਲ ਜੋੜੋ ਕਮੇਟੀ ਇਸ ਸੰਘਰਸ਼ ਨੂੰ ਚਲਾਵੇ ਤੇ ਆਪਾਂ ਇਹਨੂੰ ਅੰਜਾਮ ਤੱਕ ਲਿਜਾਗੇ ਇਨਸਾਫ ਤੱਕ ਲਿਜਾਗੇ ਇਹ ਗੱਲ ਭਰਾਵੋ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਇਹ ਗੱਲ ਕੱਲਾ ਇੱਕ ਨੌਜਵਾਨ ਕਤਲ ਨਹੀਂ ਹੋਇਆ ਜੇ ਆਪਾਂ ਨਾ ਇਸ ਗੱਲ ਨੂੰ ਸਿਰੇ ਲਾਇਆ ਅੱਧ ਵਿਚਾਲੇ ਛੜਤੀ ਪਤਾ ਨਹੀਂ ਹੋਰ ਕਿੰਨੀਆਂ ਗੋਲੀਆਂ ਇਹ ਮਾਰਨਗੇ ਸਾਡੇ ਨੌਜਵਾਨਾਂ ਦੇ ਬਿਲਕੁਲ ਇਹ ਵੀ ਨਾਲ ਲਵਾਉਣਾ ਉਹ ਸਾਰੇ ਮਾਨਸਾ ਦੇ ਕਿਸਾਨ ਆਗੂ ਆਏ ਹੋਏ ਨੇ ਉਹ ਕਮੇਟੀ ਆਈ ਹੋਈ ਹੈ ਸਾਰੇ ਇੱਥੇ ਬੈਠੇ ਆ ਤੁਹਾਡੇ ਨਾਲ ਅਸੀਂ ਵਿਚਾਰ ਚਰਚਾ ਵੀ ਕਰ ਲੈਂਦੇ ਆ ਵੀ ਆਉਣ ਵਾਲੀ ਸੰਘਰਸ਼ ਦੀ ਰੂਪਰੇਖਾ ਆਪਣੀ ਕੀ ਹੋਣੀ ਚਾਹੀਦੀ ਹੈ ਸੋਮਵਾਰ ਤੱਕ ਦਾ ਟਾਈਮ ਦੇ ਦਿਓ ਜੇ ਨਹੀਂ ਇਹ ਕੁਝ ਕਰਦੇ ਤਾਂ ਸੋਮਵਾਰ ਨੂੰ ਉਸ ਨੌਜਵਾਨ ਦੀ ਲਾਸ਼ ਹਾਈਵੇ ਤੇ ਜਾ ਕੇ ਰੱਖਾਂਗੇ ਸਹਿਮਤ ਹੋ ਜੀ ਸਸਕਾਰ ਨਹੀਂ ਕਿਸੇ ਵੀ ਤਰੀਕੇ ਨਾਲ ਆਪਾਂ ਕਰਨਾ ਬਥੇਰਾ ਲਾਸ਼ ਦੇਣਗੇ ਇਹ ਵੀ ਆਹ ਕਰ ਲਓ ਉਹ ਕਰ ਲਓ ਹੁਣ ਪਰਚਾ ਦਰਜ ਹੋ ਹੀ ਗਿਆ ਪਿੱਛੇ ਕੀ ਰਹਿ ਗਿਆ ਨਹੀਂ ਅਸੀਂ ਇਹ ਜੜ ਤੱਕ ਜਾਣਾ ਜਿਹੜੇ ਇਹਦੇ ਮਗਰ ਬੰਦੇ ਕੌਣ ਹੈ ਉਹ ਸਾਰੇ ਬੰਦੇ ਫੜੇ ਜਾਣ ਜਿੰਨੇ ਇਸ ਇਲਾਕੇ ਦੇ ਵਿੱਚ ਵੇਚਦੇ ਆ ਆ ਚੰਦਨ ਵਰਗੇ ਜਾਂ ਹੋਰ ਜਿੰਨੇ ਹੁਣ ਮੰਨ ਲਓ ਜੇ ਚੰਦਨ ਨੇ ਇਹਨੂੰ ਕਹਿਤਾ ਹੋ ਸਕਦਾ ਚੰਦਨ ਦੇ ਕੱਲ ਨੂੰ ਗੋਲੀ ਮਾਰ ਦੇ ਜਾਂ ਮਰਵਾ ਦੇ ਇਹਨਾਂ ਨੂੰ ਉਦੋਂ ਹੀ ਦਿਖਦਾ ਜਦੋਂ ਬੰਦਾ ਮਰ ਜਾਂਦਾ ਪਹਿਲਾਂ ਨਹੀਂ ਦਿਖਦਾ ਇਹਨਾਂ ਨੂੰ ਤੋਂ ਆਪਾਂ ਅਗਲੀ ਜਿਹੜੀ ਗੱਲਬਾਤ ਹੈ ਸੰਘਰਸ਼ ਦੀ ਕੀ ਰਣਨੀਤੀ ਬਣਾਉਣੀ ਹੈ ਆਪਾਂ ਉਹ ਆਪਾਂ ਗੱਲਬਾਤ ਕਰਦੇ ਹਾਂ ਤੇ ਇੱਥੇ ਆਪਾਂ ਡਟੇ ਰਹਿਣਾ ਅਗਲੀ ਤਿਆਰੀ ਦੇ ਮੁਤਾਬਕ ਤੁਹਾਨੂੰ ਇਹ ਦੱਸ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਿੰਦਰ ਸਿੰਘ ਜੀ ਝੋਟਾ ਜੀ ਦੇ ਬਾਪੂ ਜੀ ਸਾਰਾ ਪਰਿਵਾਰ ਦੇਖੋ ਸੰਘਰਸ਼ ਤੇ ਗੁੱਜਿਆ ਹੋਇਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਹਨਾਂ ਨੂੰ ਬੇਨਤੀ ਆ ਤੁਹਾਡੇ ਨਾਲ ਵਿਚਾਰ ਰੱਖਣਗੇ ਪਰਵਿੰਦਰ ਸਿੰਘ ਜੀ ਝੋਟਾ ਮਾਨਸਾ ਉਹ ਤੁਹਾਡੇ ਨਾਲ ਵਿਚਾਰ ਰੱਖਣਗੇ ਉਹਨਾਂ ਦੇ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵੀ ਸਾਥੀਓ ਦੋਸਤੋ ਅਸੀਂ ਮਾਨਸਾ ਤੋਂ ਆਏ ਹਾਂ ਆਧਾਰ ਕਾਰਡ ਮੇਰਾ ਮੇਰੇ ਕੋਲੇ ਆ ਮੇਰਾ ਨਾਮ ਸਾਬਕਾ ਫੌਜੀ ਭੀਮ ਸਿੰਘ ਖਾਲਸਾ ਫਾਇਲਵਾਦ ਮਾਨਸਾ ਜੇ ਕੋਈ ਚਾਹੁੰਦਾ ਮੇਰੇ ਤੇ ਪੰਜ ਪਰਚੇ ਮੈਂ ਹੁਣੀ ਦਿੰਦਾ ਆਧਾਰ ਕਾਰਡ ਇੱਥੇ ਥਾਣੇ ਚ ਇੱਥੇ ਦਰਜ ਕਰ ਦੇਣ ਦੱਸ ਕਰ ਦੇਣ ਅਸੀਂ ਪਰਚਿਆਂ ਤੋਂ ਨਹੀਂ ਡਰਦੇ ਸਾਡਾ ਮਸਲਾ ਇੱਕੋ ਇੱਕ ਹੈ ਸਾਡੇ ਪੰਜਾਬ ਦੇ ਵਿੱਚੋਂ ਮੁੰਡੇ ਕੀ ਛੋਟੀਆਂ ਛੋਟੀਆਂ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ ਸੋ ਨਸ਼ੇ ਨੂੰ ਕੱਢਣਾ ਉਦੋਂ ਪਹਿਲਾਂ ਮੇਰੀ ਇੱਕ ਬੇਨਤੀ ਹੈ ਦੇਖੋ ਅਸੀਂ ਕਿੰਨੇ ਕਿਲੋਮੀਟਰ ਚੱਲ ਕੇ ਆਏ ਛੱਡੋ ਗੱਲਾਂ ਇਹ ਧਰਨੇ ਦੇ ਵਿੱਚ ਬੈਠੇ ਸਾਰਿਆਂ ਨੂੰ ਦੱਸਦਾ ਸਭ ਤੋਂ ਵੱਧ ਜੇ ਕੋਈ ਨਸ਼ੇ ਨਾਲ ਮਰ ਜੇ ਜਾਂ ਕੋਈ ਇਹ ਗੁੰਡਾ ਸਰਕਾਰਾਂ ਗੁੰਡਿਆਂ ਤੋਂ ਮਰਵਾ ਦੇਣ ਕਿਸੇ ਨੂੰ ਸਭ ਤੋਂ ਵੱਧ ਦੁੱਖ ਉਹਦੀ ਮਾਂ ਨੂੰ ਹੁੰਦਾ ਮਾਂ ਨੂੰ ਉਹ ਤੋਂ ਬਾਅਦ ਉਹਦੀ ਭੈਣ ਨੂੰ ਉਹ ਤੋਂ ਬਾਅਦ ਜਿਹੜੀ ਉਹਦੇ ਨਾਲ ਧਰਮ ਪਤਨੀ ਉਹਦੀ ਤੇ ਬੱਚੇ ਜਿਹਦਾ ਮਤਲਬ ਸੁਹਾਗ ਰੁਲ ਗਿਆ ਉਸ ਬੀਬੀ ਨੂੰ ਹੁੰਦਾ ਉਸ ਬੱਚੀ ਨੂੰ ਹੁੰਦਾ ਪਰ ਮੈਂ ਹੁਣ ਤੁਹਾਨੂੰ ਇਹ ਪੁੱਛਦਾ ਸਾਰੇ ਇੱਥੋਂ ਦੇ ਸਾਥੀਓ ਭਰਾਵੋ ਵੀ ਆਹ ਦੋ ਲੇਡੀਜ਼ ਨੇ ਉਹ ਵੀ ਜੋ ਬਾਹਰੋਂ ਆਈਆਂ ਨੇ ਇੰਨਾ ਤੁਹਾਡੇ ਨਾਲ ਬੰਦਿਆਂ ਨਾਲ ਵੱਧ ਇਕੱਠ ਇੱਥੇ ਬੀਬੀਆਂ ਦਾ ਹੋਣਾ ਚਾਹੀਦਾ ਸੀ ਇਹ ਨਾ ਸੋਚੇ ਵੀ ਅੱਜ ਉਹ ਇੱਕ ਪਰਿਵਾਰ ਦਾ ਸਰਦਾਰ ਹਰ ਭਗਵਾਨ ਸਿੰਘ ਸ਼ਹੀਦ ਹੋ ਗਿਆ ਇਹ ਪਤਾ ਨਹੀਂ ਇਹ ਗੁੰਡੇ ਕੱਲ ਨੂੰ ਰਾਹ ਜਾਂਦੇ ਨੂੰ ਕਿਹਦੇ 20 ਸਾਲਾਂ ਦੇ ਜਾਂ 18 ਸਾਲਾਂ ਦੇ ਪੁੱਤਰ ਦੇ ਗੋਲੀ ਮਾਰਨ ਜੇ ਇਹਨਾਂ ਨੂੰ ਮੂੰਹ ਪੈ ਗਿਆ ਇਸ ਨੂੰ ਰੋਕਣ ਦੇ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਲਈ ਸਾਡਾ ਕੋਈ ਕਿਸੇ ਪਾਰਟੀ ਨਾਲ ਨਹੀਂ ਸਾਡਾ ਕਿਸੇ ਨਾਲ ਨਹੀਂ ਅਸੀਂ ਸਾਰੇ ਪੰਜਾਬ ਨੂੰ ਸੱਦਾ ਦਿੰਦੇ ਹਾਂ ਜੇ ਤੁਸੀਂ ਨਾ ਉੱਠੇ ਨਾ ਇਹ ਬੀਬੀਆਂ ਭੈਣਾਂ ਉੱਠ ਕੇ ਆਈਆਂ ਜੇਕਰ ਤੁਸੀਂ ਇੱਥੋਂ ਦੇ ਲੋਕ ਸਾਦਕ ਦੇ ਤਕੜੇ ਹੋ ਜਾਓ ਸਾਰੇ ਪੰਜਾਬ ਚੋਂ ਬੱਚਾ ਬੱਚਾ ਇੱਥੇ ਆਊਗਾ ਇਹਨਾਂ ਦੇ ਸਰਕਾਰਾਂ ਦੇ ਨੱਕ ਚ ਦਮ ਕਰ ਦਿਆਂਗੇ ਜਿੱਡੀਆਂ ਵੀ ਚਾਹੀਦੀਆਂ ਹੋਣਗੀਆਂ ਉਨੀਆਂ ਸਹੂਲਤਾਂ ਮਨਜ਼ੂਰ ਕਰਾਵਾਂਗੇ ਇਹਨਾਂ ਦੀ ਗਰਦਨ ਤੇ ਗੋਡਾ ਰੱਖ ਕੇ ਤੁਸੀਂ ਕਿਉਂ ਨਹੀਂ ਹੌਸਲਾ ਕਰਦੇ ਅਸੀਂ ਉੱਥੇ ਧੁੱਪੇ ਜਿਵੇਂ ਉਰੇ ਆ ਬਿਲਕੁਲ ਧੁੱਪੇ ਛੜਕ ਤੱਤੀ ਸੀ ਉੱਤੋਂ ਵੀ ਅੱਗ ਵਰਦੀ ਸੀ ਜਦੋਂ ਸਾਡਾ ਪਹਿਲੇ ਦਿਨ ਅਸੀਂ ਡੀਐਸਪੀ ਦਾ ਥਾਣੇ ਦੇ ਮੂਹਰੇ ਪੁਤਲਾ ਫੂਕਿਆ ਸੀ ਉੱਥੇ ਬੈਠੇ ਰਹੇ ਅਸੀਂ ਨਹੀਂ ਦੇਖੀ ਛਾਂ ਤੇ ਪੱਖਾ ਜੇ ਇਹ ਅੰਦੋਲਨ ਲੜਨੇ ਨੇ ਇਹਦੇ ਲਈ ਘਰ ਵੀ ਸੁੰਨੇ ਛੱਡਣੇ ਪੈਣਗੇ ਤਾਲੇ ਲਾਉਣੇ ਪੈਣਗੇ ਕੰਮ ਛੱਡਣੇ ਪੈਣਗੇ ਫਿਰ ਇਹ ਅੰਦੋਲਨ ਚੱਲਦੇ ਨੇ ਭੁੱਖਾਂ ਤੇਹਾਂ ਵੀ ਕੱਟਣੀਆਂ ਪੈਣਗੀਆਂ ਉਹ ਕੱਟ ਕੇ ਆਪਾਂ ਆਪਣੇ ਬੱਚਿਆਂ ਨੂੰ ਬਚਾ ਲਵਾਂਗੇ ਇਸ ਲਈ ਬੀਬੀਆਂ ਭੈਣਾਂ ਨੂੰ ਬੇਨਤੀ ਕਰਨੀ ਸੀ ਮੈਂ ਤਾਂ ਤੁਹਾਡੇ ਸਾਦਕੇ ਨੂੰ ਆਉਣ
फिर आपे बाहरों भी आउणगियां। वाहिगुरु जी का खालसा, वाहिगुरु जी का खालसा, वाहिगुरु जी का। धन्यवाद बापू जी का। हम कीर्ति किसान यूनियन के आगू नौ निहाल सिंह जी वह तुहाडे नाल विचार रखणगे। उस तो बाद भाई बगतौर सिंह जी बैठे रहो, विचार सुनो। वाहिगुरु जी का खालसा। बैठो बैठो यार, बैठ जाओ। रात से भी इत्थे ही विचारे किसी न अपना कोई बखरेवे छड के जथे बंदियां दे एक नौजवान लई आए आपां, उन्होंने बेनती है कि विचार रखने की कीर्ति किसान। बहुत ही सत्कार योग दे सब तो पहला पाओ फतेह री सांझ। वाहिगुरु जी का खालसा, श्री वाहिगुरु जी की फतेह। अज जिस घटना नू लैके कल दे आपां साधक थाने दे अगे जिहड़े इत्थे पहुंचे हुए हैं, अज भी सुबह तो इत्थे बैठे हैं, रात भी जिहड़ी